ਅਸਲਾਮ ਵਾਲੇਕਮ ਵਿਵਰਸ, ਨਵੀਂ ਵੀਡੀਓ ਅਤੇ ਨਵੀਂ ਰੈਸਿਪੀ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅੱਜ ਦੀ ਮੇਰੀ ਵੀਡੀਓ ਬੜੀ ਸਵਾਦੀ ਹੈ, ਇਸ ਲਈ ਮੇਰੀ ਵੀਡੀਓ ਨੂੰ ਆਖਰ ਤੱਕ ਵੇਖਿਓ ਤਾਂ ਕਿ ਪੂਰੀ ਰੈਸਿਪੀ ਦਾ ਤੁਹਾਨੂੰ ਪਤਾ ਚੱਲ ਸਕੇ। ਇਸ ਵੇਲੇ ਮੇਰੀ ਵੀਡੀਓ ਵੇਖ ਲਿਓ, ਮੇਰੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਅਤੇ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਆਖਰ ਵਿੱਚ ਘੰਟੀ ਵਾਲਾ ਬਟਨ ਜ਼ਰੂਰ ਦਬਾ ਦੇਣਾ। ਅਤੇ ਅੱਜ ਦੀ ਰੈਸਿਪੀ ਵਿੱਚ ਅਸੀਂ ਬਣਾਉਣ ਲੱਗੇ ਹਾਂ ਗੰਦਮ ਦੀ ਰੋਟੀ ਦੀ ਗੁੜ ਵਾਲੀ ਚੂਰੀ, ਅਤੇ ਇਸ ਦੇ ਵਾਸਤੇ ਮੈਂ ਲਈਆਂ 3 ਗੰਦਮ ਦੀਆਂ ਰੋਟੀਆਂ। ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਲੈ ਲਓ ਜਿੰਨੇ ਕਿ ਤੁਹਾਨੂੰ ਚਾਹੀਦੀਆਂ ਹੋਣ। ਅਤੇ ਫਿਰ ਇਸ ਤੋਂ ਬਾਅਦ ਮੈਂ ਰੋਟੀਆਂ ਨੂੰ ਬਾਰੀਕ ਕਰ ਲਿਆ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਰੋਟੀਆਂ ਨੂੰ ਮੈਂ ਬਾਰੀਕ ਕਰ ਲਿਆ ਤੇ ਹੁਣ ਇਹ ਪਲੇਟ ਮੈਂ ਇੱਕ ਸਾਈਡ ਦੇ ਉੱਤੇ ਰੱਖ ਲੈਣੀ ਤੇ ਦੂਸਰੀ ਸਾਈਡ ਤੇ ਮੈਂ ਲੈਣਾ ਇੱਕ ਪੈਨ। ਪੈਨ ਮੈਂ ਚੁੱਲ੍ਹੇ ਦੇ ਉੱਤੇ ਰੱਖਣਾ ਤੇ ਅੱਗ ਮੱਠੀ ਜੀ ਕਰ ਲੈਣੀ ਆ ਤੇ ਵਿੱਚ ਹਸਪੇ ਜ਼ਰੂਰਤ ਤੇਲ ਜਾਂ ਘੇ ਹੋਵੇ ਦੇਸੀ ਤਾਂ ਉਹ ਪਾ ਲੈਣਾ। ਜਿਸ ਵੇਲੇ ਘੇ ਗਰਮ ਹੋ ਜਾਵੇ ਤੇ ਫਿਰ ਗੁੜ ਜਾਂ ਸ਼ੱਕਰ ਤੁਸੀਂ ਸ਼ਾਮਿਲ ਕਰ ਲੈਣੀ ਆ ਹਸਪੇ ਜ਼ਰੂਰਤ। ਅਤੇ ਇੱਥੇ ਮੈਂ ਸ਼ੱਕਰ ਸ਼ਾਮਿਲ ਕੀਤੀ ਆ ਤੇ ਹੁਣ 30 ਸਕਿੰਟ ਵਾਸਤੇ ਮੈਂ ਮੱਠੀ ਜੀ ਅੱਗ ਦੇ ਉੱਤੇ ਇਸੇ ਤਰ੍ਹਾਂ ਹੀ ਸ਼ੱਕਰ ਨੂੰ ਪਕਾਉਣਾ ਆ। ਜਿਸ ਵੇਲੇ 30 ਸਕਿੰਟ ਹੋ ਜਾਣ ਤੇ ਫਿਰ ਦਰਮਿਆਨਾ ਕੱਪ ਪਾਣੀ ਦਾ ਵੀ ਸ਼ਾਮਿਲ ਕਰ ਦੇਣਾ ਤੇ ਫਿਰ ਚਮਚਾ ਵੀ ਨਾਲ ਨਾਲ ਹਿਲਾਉਂਦੇ ਰਹਿਣਾ। ਜਿਸ ਵੇਲੇ ਇੱਕ ਉਬਾਲ ਆ ਜਾਵੇ ਤਾਂ ਇੱਕ ਇਲਾਇਚੀ ਸ਼ਾਮਿਲ ਕਰ ਦੇਣੀ ਆ ਤੇ ਆਂਚ ਵੀ ਦਰਮਿਆਨੀ ਕਰ ਦੇਣੀ ਆ। ਦਰਮਿਆਨੀ ਆਗ ਦੇ ਉੱਤੇ ਸ਼ੱਕਰ ਦੀ ਚਾਸ਼ ਨੂੰ 1 ਮਿੰਟ ਵਾਸਤੇ ਪਕਾਉਣਾ ਆ ਤੇ ਚਾਸ਼ ਬਹੁਤ ਜ਼ਿਆਦਾ ਗਾੜੀ ਨਹੀਂ ਕਰਨੀ, ਬਿਲਕੁਲ ਪਤਲੀ ਹੋਵੇ ਚਾਸ਼, ਇਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਚਾਸ਼ ਨੂੰ 1 ਮਿੰਟ ਪਕਾਉਣੇ ਤੋਂ ਬਾਅਦ ਬਾਰੀਕ ਕੀਤੀ ਹੋਈ ਰੋਟੀ ਵੀ ਸ਼ਾਮਿਲ ਕਰ ਦਿੱਤੀ ਚਾਸ਼ 'ਚ। ਚਾਸ਼ 'ਚ ਰੋਟੀ ਸ਼ਾਮਿਲ ਕਰਨੇ ਤੋਂ ਬਾਅਦ 30 ਸਕਿੰਟ ਵਾਸਤੇ ਮੈਂ ਪਕਾਇਆ ਤੇ ਚਾਸ਼ ਅੱਛੀ ਤਰੀਕੇ ਦੇ ਨਾਲ ਰੋਟੀ 'ਚ ਖੁਸ਼ਕ ਹੋ ਗਈ ਆ ਤੇ ਅਲਹਮਦੁਲਿਲਾ ਸਾਡੀ ਚੂਰੀ ਵੀ ਤਿਆਰ ਹੋ ਗਈ ਆ। ਤੇ ਫਿਰ ਇਸ ਤੋਂ ਬਾਅਦ ਮੈਂ ਚੂਰੀ ਖਾਣੇ ਵਾਸਤੇ ਪੇਸ਼ ਕੀਤੀ, ਖੁਦ ਵੀ ਮੈਂ ਖਾਧੀ ਤੇ ਮੈਨੂੰ ਤਾਂ ਬਹੁਤ ਹੀ ਵਧੀਆ ਟੇਸਟ ਲੱਗਾ। ਤੁਸੀਂ ਵੀ ਆਪਣੇ ਘਰਾਂ 'ਚ ਇਸੇ ਰੈਸਿਪੀ ਨੂੰ ਜ਼ਰੂਰ ਟਰਾਈ ਕਰਿਓ, ਆਪਣੇ ਬਜ਼ੁਰਗਾਂ ਲਈ, ਆਪਣੇ ਬੱਚਿਆਂ ਵਾਸਤੇ। ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਰੈਸਿਪੀ ਕਿਹੋ ਜਿਹੀ ਲੱਗੀ ਤੇ ਮੈਨੂੰ ਤੋਂ ਆਵਾਂ ਯਾਦ ਰੱਖਣਾ। ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦਾ ਕਰਦੇ ਐਂਡ, ਇਨਸ਼ਾਅੱਲਾ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਫਿਰ ਹੋਵਾਂਗੇ ਹਾਜ਼ਰ। ਉਸ ਵਕਤ ਤੱਕ ਜਲਦ ਰੱਬ ਰੱਖਾ।